ਚੀਨ ਵਿੱਚ ਬਾਲੀਵੁੱਡ ਦੇ ਦੀਵਾਨਿਆਂ ਦੀ ਘਾਟ ਨਹੀਂ ਹੈ। ਸਲਮਾਨ ਜੀ, we will always be there for you. Jai Ho. Jai Ho. ਆਮਿਰ ਦੀ ਫੈਨ ਕੈਰਨ ਚੇਨ ਨੇ ਪਿਛਲੀ ਵਾਰ ਦੰਗਲ ਦੇਖੀ ਅਤੇ ਬਹੁਤ ਪ੍ਰਭਾਵਿਤ ਹੋਈ। ਜਦੋਂ ਮੈਂ ਦੰਗਲ ਦੇਖੀ ਤਾਂ ਮੇਰਾ ਭਾਰ 98 ਕਿਲੋ ਸੀ। About 98 kilogram. 98. ਫਿਰ ਮੈਂ ਦੰਗਲ ਵਿੱਚ ਆਮਿਰ ਵਿੱਚ ਹੋਇਆ ਬਦਲਾਵ ਦੇਖਿਆ ਤਾਂ ਖੁਦ ਨੂੰ ਕਿਹਾ ਕਿ ਇਹ ਤਾਂ ਮੈਂ ਵੀ ਕਰ ਸਕਦੀ ਹਾਂ। And so I tell myself I can do it. ਭਾਰਤੀ ਫਿਲਮਾਂ ਦੇ ਫੈਨ ਚਿਆਨ ਪਿੰਨ ਲੀ ਵਿਦੇਸ਼ੀ ਫਿਲਮਾਂ ਚੀਨ ਲਿਆਉਣ ਦਾ ਕੰਮ ਕਰਦੇ ਹਨ। ਭਾਰਤੀ ਅਤੇ ਚੀਨੀ ਸਮਾਜ ਇੱਕੋ ਜਿਹਾ ਹੈ। 3 ਇਡੀਅਟਸ, ਹਿੰਦੀ ਮੀਡੀਅਮ ਵਰਗੀਆਂ ਫਿਲਮਾਂ ਵਿੱਚ ਇਮੋਸ਼ਨਸ, ਪਿਆਰ ਅਤੇ ਪਰਿਵਾਰਕ ਰਿਸ਼ਤਿਆਂ ਦੀ ਝਲਕ ਮਿਲਦੀ ਹੈ ਜੋ ਚੀਨ ਦੀਆਂ ਫਿਲਮਾਂ ਤੋਂ ਗਾਇਬ ਹੈ। ਚੀਨ ਦੀਆਂ ਫਿਲਮਾਂ ਵਿੱਚ ਐਕਸ਼ਨ, ਸਪੈਸ਼ਲ ਇਫੈਕਟ ਅਤੇ ਅਜੀਬ ਜਿਹੇ ਪਲਾਟ ਹੁੰਦੇ ਹਨ ਜੋ ਮੈਨੂੰ ਸਮਝ ਨਹੀਂ ਆਉਂਦੇ। ਪਰ ਚੀਨ ਵਿੱਚ ਕਈ ਫੈਨਸ ਦੱਖਣੀ ਭਾਰਤ ਦੀਆਂ ਫਿਲਮਾਂ ਦੇ ਵੀ ਦੀਵਾਨੇ ਹਨ। I was quite shocked when ਜਦੋਂ ਮੈਂ ਬਾਹੂਬਲੀ ਪਾਰਟ 2 ਦੇਖੀ ਤਾਂ ਫਿਲਮ ਦੀ ਸਟੋਰੀ ਟੈਲਿੰਗ, ਗਾਣੇ ਅਤੇ ਡਾਂਸ ਦੇਖ ਕੇ ਦੰਗ ਰਹਿ ਗਈ। ਫਿਲਮ ਵਿੱਚ ਡਾਇਰੈਕਟਰ SS ਰਾਜਮੌਲੀ ਨੇ ਬਹੁਤ ਖੂਬਸੂਰਤੀ ਨਾਲ ਭਾਰਤ ਦੀ ਸੱਭਿਅਤਾ ਨੂੰ ਦਿਖਾਇਆ ਹੈ। ਚੀਨ ਵਿੱਚ ਵਿਦੇਸ਼ੀ ਫਿਲਮਾਂ ਲਈ ਕੋਟਾ ਸਿਸਟਮ ਹੈ, ਯਾਨੀ ਇੱਥੇ ਇੱਕ ਤੈਅ ਗਿਣਤੀ ਦੀਆਂ ਵਿਦੇਸ਼ੀ ਫਿਲਮਾਂ ਹੀ ਰਿਲੀਜ਼ ਹੋ ਸਕਦੀਆਂ ਹਨ। ਪਿਛਲੇ ਸਾਲ ਦੰਗਲ ਦੇ ਮੁਕਾਬਲੇ ਇਸ ਸਾਲ ਜੂਨ ਤੱਕ 5 ਭਾਰਤੀ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਚੀਨ ਵਿੱਚ ਬਾਲੀਵੁੱਡ ਫਿਲਮਾਂ ਦੀ ਵੱਧਦੀ ਮੰਗ ਨਾਲ ਖਦਸ਼ਾ ਇਹ ਵੀ ਹੈ ਕਿ ਕਿਤੇ ਮੰਗ ਬਾਜ਼ਾਰ ਖਰਾਬ ਨਾ ਕਰ ਦੇਵੇ। ਐਲਨ ਲਿਊ ਦੰਗਲ ਅਤੇ ਸੀਕ੍ਰੇਟ ਸੁਪਰਸਟਾਰ ਵਰਗੀਆਂ ਫਿਲਮਾਂ ਚੀਨ ਵਿੱਚ ਲੈ ਕੇ ਆਏ ਹਨ। ਜੇ ਤੁਸੀਂ ਸਾਰੇ ਤਰੀਕੇ ਦੀਆਂ ਫਿਲਮਾਂ ਚੀਨ ਵਿੱਚ ਲੈ ਕੇ ਆਓਗੇ ਤਾਂ ਭਾਰਤੀ ਫਿਲਮਾਂ ਦਾ ਅਕਸ ਖਰਾਬ ਹੋਵੇਗਾ। ਮੈਨੂੰ ਇੱਕ ਡਿਸਟ੍ਰੀਬਿਊਟਰ ਨੇ ਦੱਸਿਆ ਸੀ ਕਿ ਅਜਿਹਾ ਜਰਮਨੀ ਵਿੱਚ ਹੋਇਆ ਸੀ ਜਿੱਥੇ ਭਾਰਤੀ ਫਿਲਮਾਂ ਪਹਿਲੇ ਤੋਂ ਚੰਗਾ ਕੰਮ ਕਰ ਰਹੀਆਂ ਸਨ। ਉੱਥੇ ਉਹਨਾਂ ਨੇ ਹਰ ਤਰੀਕੇ ਦੀਆਂ ਫਿਲਮਾਂ ਮੰਗਾਈਆਂ ਅਤੇ ਬਾਜ਼ਾਰ ਬਰਬਾਦ ਹੋ ਗਿਆ। ਮੈਨੂੰ ਚਿੰਤਾ ਹੈ ਕਿ ਅਜਿਹਾ ਚੀਨ ਵਿੱਚ ਵੀ ਨਾ ਹੋ ਜਾਵੇ। ਭਾਰਤੀ ਡਾਇਰੈਕਟਰ ਕਬੀਰ ਖਾਨ ਦੇ ਨਾਲ ਕੋ ਪ੍ਰੋਡਕਸ਼ਨ ਤੋਂ ਇਲਾਵਾ ਲਿਊ ਚੀਨ ਵਿੱਚ ਆਮਿਰ ਖਾਨ ਦੀ ਇੱਕ ਫਿਲਮ ਦਾ ਰੀਮੇਕ ਵੀ ਬਣਾ ਰਹੇ ਹਨ। ਚੀਨ ਵਿੱਚ ਭਾਰਤੀ ਫਿਲਮਾਂ ਦੇ ਫੈਨਸ ਲਈ ਪਿਕਚਰ ਅਜੇ ਸ਼ੁਰੂ ਹੋਈ ਹੈ। ਵਿਨੀਤ ਖਰੇ, BBC, ਬੀਜਿੰਗ, ਚੀਨ।